ਤੁਸੀਂ ਨਿਦਿਆ ਨਹੀਂ ਕੀਤੀ। ਜਿਹੜਾ ਤੁਹਾਨੂੰ ਫੋਨ ਕਰ ਰਿਹਾ ਉਹ ਪੂਰੀ ਡਿਟੇਲ ਚ ਨਿੰਦਿਆ ਸੁਣਾਉਂਦਾ ਪਿਆ। ਹੁਣ ਤੁਸੀਂ ਕੀ ਕਹਿੰਦੇ ਹੋ? ਥੋੜਾ ਠਹਿਰ ਕੇ ਫੋਨ ਕਰਨਾ, ਬਾਹਰੋਂ ਬੂਹਾ ਖੜਕਿਆ ਕੋਈ ਆਇਆ ਕੋਈ ਨਹੀਂ। ਥੋੜਾ ਠਹਿਰ ਕੇ ਫੋਨ ਕਰਨਾ, ਬਾਹਰੋਂ ਬੂਹਾ ਖੜਕਿਆ ਕੋਈ ਆਇਆ ਕੋਈ ਨਹੀਂ। ਕੇਵਲ ਆਪਣੇ ਗੁਰੂ ਦੀ ਬਾਣੀ ਨੂੰ ਮੰਨਿਆ ਕਿ ਇਸ ਵੇਲੇ ਇਹਦੇ ਕਰਕੇ ਜਿਹੜੇ ਮੇਰੇ ਪੁੰਨ ਸੜਦੇ ਪਏ ਨੇ ਕਿਤੇ ਬਚ ਜਾਣ। ਫੋਨ ਰੱਖਦਾ ਆਇਆ ਕੋਈ ਨਹੀਂ, ਪਰ ਸੁੱਖ ਦਾ ਸਾਹ ਲਿਆ, ਸ਼ੁਕਰ ਹੈ ਵਾਹਿਗੁਰੂ ਸੁਣਨ ਤੋਂ ਬਚ ਗਏ। ਘਰ ਜਾ ਕੇ ਫਿਰ ਪੰਗਤੀ ਸਮਾਂ ਪੂਰਾ ਸੁਰਾ ਹੈ। ਹਾਂ ਤੇ ਸਕੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਕਿਸੇ ਤਰੀਕੇ ਹਟਾਵੇ, ਸੁਣਨ ਤੋਂ ਵੀ ਬਚ ਕਰ। ਨਿੰਦਿਆ ਦੇ ਸੰਬੰਧ ਵਿੱਚ ਇੱਕ ਹੋਰ ਬੜਾ ਮਸਲਾ ਹੈ ਅੱਜ ਕੱਲ੍ਹ ਆਇਆ ਹੋਇਆ, ਜਿਹਦੀ ਨਿੰਦਿਆ ਕੋਈ ਕਰ ਰਿਹਾ ਕਹਿੰਦੇ ਵੀ ਜੇ ਉਹ ਬੰਦਾ ਵਾਕਈ ਉਹਨੇ ਗਲਤ ਕੀਤਾ ਹੀ ਹੈ ਫਿਰ ਥੋੜ੍ਹੀ ਮੈਂ ਗਲਤ ਕਹਿ ਰਿਹਾ। ਕਰਨ ਵਾਲਾ ਜਿਹਦੀ ਨਿੰਦਿਆ ਕਰ ਰਿਹਾ ਵੀ ਉਹਦੇ ਵਾਕਿਓ ਕਮੀ ਵੀ ਹੈਗੀ ਹੈ, ਉਹ ਕਹਿੰਦਾ ਵੀ ਫਿਰ ਇਹ ਨਿੰਦਿਆ ਥੋੜ੍ਹੀ ਹੈ, ਜਿਹੜੀ ਉਹਦੀ ਮੈਂ ਕਮੀ ਹੈ ਉਹ ਦੱਸਣ ਡਿਆ ਸਾਰਿਆਂ ਨੂੰ। ਸਤਿਗੁਰੂ ਜੀ ਜਿਹਦੇ 'ਚ ਕੋਈ ਕਮੀ ਹੋਵੇ ਉਹਦੀ ਨਿੰਦਿਆ ਕਰ ਲਿਆ ਕਰ, ਇਹ ਪੁੱਛੋ। ਇਹ ਨਿੰਦਿਆ ਦਾ ਦੂਜਾ ਪੱਖ ਹੈ ਬਈ ਜਿਹੜਾ ਵਾਕਈ ਉਗਣ ਆ ਰਿਹਾ ਉਹਦੇ 'ਚੋਂ ਕਮੀ ਹੈ, ਵੀਕਨੈਸ ਹੈ, ਉਹਨੂੰ ਮੈਂ ਖਲੇਰ ਲਾਂ ਥਾਂ ਥਾਂ ਫਿਰ ਤਾਂ ਨਹੀਂ ਕੋਈ ਗੱਲ, ਸਤਿਗੁਰੂ ਜੀ ਉਹਦੀ ਮਾਫ਼ੀ। ਨਿੰਦਿਆ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜਵਾਬ ਦੇਣਗੇ ਵੀ ਜਿਹਦੇ 'ਚ ਕਮੀ ਹੈ, ਵੀਕਨੈਸ ਹੈ, ਵਾਕਈ ਉਹ ਉਹਦੇ 'ਚੋਂ ਔਗਣ ਹੈਗਾ ਫਿਰ ਮੈਂ ਖਲੇਰ ਲਵਾਂ। ਬਾਬਾ ਜੀ ਆ ਗਿਆ, ਗੁਰੂ ਸਾਹਿਬ ਕੀ ਕਹਿੰਦੇ? ਨਿੰਦਾ ਫਲੀ ਕਿਸੇ ਕੀ ਨਾਈ, ਨਿੰਦਾ ਫਲੀ ਕਿਸੇ ਕੀ ਨਾਈ, ਕਿਸੇ ਕੀ ਨਾਈ, ਤੂੰ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ, ਖਾਲਸਾ ਸੋਏ ਜੋ ਨਿੰਦਾ ਤਿਆਗੇ, ਖਾਲਸਾ ਖਾਲਸਾ ਸੋਏ ਜੋ ਨਿੰਦਾ ਤਿਆਗੇ। ਇਹ ਬੜਾ ਜ਼ਰੂਰੀ ਪਹਿਲੂ ਹੈ। ਗੁਰੂ ਸਾਹਿਬ ਨੇ ਕਿਹਾ ਵੀ ਜੇ ਕਿਸੇ ਦੀ ਵੀਕਨੈਸ ਹੈ ਤੂੰ ਆਗਿਆ ਮੰਗਣਾ ਉਹ ਕਰ ਲਾ। ਨਿੰਦਾ ਭਲੀ ਕਿਸੇ ਕੀ ਨਹੀਂ, ਮਨਮੁਖ ਮੁਗਤ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ। ਨਿੰਦਿਆ ਗੁਰੂ ਗ੍ਰੰਥ ਸਾਹਿਬ ਤੋਂ ਵੱਡਿਆ ਕੋਈ ਨਹੀਂ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਓਏ ਅੱਜ ਤੇਰਾ ਮਨ ਪੱਕਾ ਹੋ ਜੇ, ਪੱਕਾ ਹੋ ਜੇ, ਪੱਕਾ ਹੋ ਜੇ। ਇਹ ਮੈਨੂੰ ਮਹਾਂਪੁਰਸ਼ਾਂ ਬਚਨ ਸੁਣਾਇਆ, ਕਹਿੰਦੇ ਨਿੰਦਿਆ ਕਰਨ ਦਾ ਇੱਕ ਨੁਕਸਾਨ ਨਹੀਂ ਡਬਲ ਏ, ਡਬਲ। ਤੁਸੀਂ ਕਹੋਗੇ ਡਬਲ ਕਿਵੇਂ? ਨਿੰਦਿਆ ਕਰਨ ਦਾ ਡਬਲ ਨੁਕਸਾਨ ਕਿਵੇਂ ਹੈ ਜੀ? ਜਿਹਦੀ ਤੁਹਾਡੇ ਕੋਲੋਂ ਨਿੰਦਿਆ ਹੋ ਰਹੀ ਹੈ ਪਹਿਲਾ ਨੁਕਸਾਨ ਹੈ ਉਹਦੀਆਂ ਪਾਪ, ਉਹਦੀਆਂ ਗਲਤੀਆਂ, ਉਹਦੀਆਂ ਕਮਜ਼ੋਰੀਆਂ ਉਹ ਤੁਹਾਡੀ ਝੋਲੀ 'ਚ ਆ ਜਾਣਗੀਆਂ। ਇਹ ਬਾਬਾ ਆਨੰਦ ਸਿੰਘ ਜੀ ਦਾ ਵੀ ਵਚਨ ਹੈ, ਨਿੰਦਿਆ ਕਰਨੀ ਦੂਜੇ ਦਾ ਗੰਦ ਸਿਰ 'ਤੇ ਚੁੱਕਣਾ ਹੈ, ਉਹਦੀ ਜਿਹੜੀ ਉਹ ਚੀਜ਼ ਉੱਧਰ ਆ ਜਾਏ। ਡਬਲ ਨੁਕਸਾਨ ਸੁਣਿਆ
जिदी निंदा कर रहे हो ओदी गंदगी ओदे औगण करन वाले दे आ जाणगे। ये हकीकत जे कहिंदे निंदिया दा डबल नुकसान की है। कहिंदे तेरे कोल जिहड़ा थोड़ा बहुता नाम दा किनका किते हैगा, थोड़ी बहुती किते जपजी साहब चौपाई साहब पंज बाणियां पढ़दा, निंदिया दा डबल नुकसान, तेरी नाम दी कमाई उधर चल जाएगी। बड़ा ध्यान ना पक्ष सुन, तेरे को आ जाएंगे, तेरी कमाई उधर चली जाएगी। निंदिया इन्नी माड़ी है कि पूरी स्पीड ते बंदे नू खाली कर देंगे, डबल काम हो रहे। चंगी चीज उधर जा रही है, उदी जिन्नी माड़ी हो इधर आ रही है। मेरे ख्याल नाल ताई है शब्द उचारे महाराज ने, निंदो निंदो मोको लोग निंदो, निंदा जन को खरी प्यारी, निंदा बाप निंदा मैं तारी। महाराज तुसी निंदिया वाले नू मां कहता, बाप कहता निंदा, बाप निंदा मैं तारी। कहिंदे मां जिवें बच्चे की गंदगी चुकती है, कबीर साहब कहिंदे निंदिया करन वाला मेरी मां है, वह मेरी गंदगी चुकी जांदा है। मेरा तो काम सफाई करी जाते। तुसी एक नाम सुनिया होगा बाबा दया सिंह जी, सुर सिंह वाले महापुरुष, बहुत नाम कमाई वाले, कृपा है। भाई बिधी चंद जी की टकसाल विचों ने ओ बख्शिश, छेवें पातशाह की बख्शिश तुरी आ रही। हर तरह का बंदा हुंदा दुनिया, हर तरह 98% जे तुहाडी सोभा करन वाले ने, 2% नहीं भी जरदे। किसे ने बाबा दया सिंह जी नूं कहता जी फलाना बंदा इंज थोड़ा निंदिया करता, आप जी ते बाबा दया सिंह जी अगों की कहंदे आ, वी कहंदे घर वड्डा होवे, ओ भाई घर वड्डा होवे, एक दा सफाई वाला रखना पैंदा कि नाल नाल सफाई होई जाए। आखो सतनाम, ओ साडी सफाई कर रहा, डबल काम कर रहे, ओदी कमाई इधर आ रही है, इधर दी सफाई और गंदगी वो ले ही आ रही है। सिर्फ बचन गुरबाणी विच्चों दलील विच्चों तुहाडे अगे तां रखिया है। कबीर साहब ने अपने शब्द खीर ते कहता, जन कबीर को निंदा सार, निंदक डूबा हम उतरे पार। कहिंदे साडी मैल लै गया, साडा फायदा कर गया। आखो सतनाम, वो डूब गया मैल लै गया। हर गल गुरबाणी, ये डबल नुकसान, अपनी कमाई उधर जाती है, उहदे गलतियां उहदे औगण सारे स्पीड ते इधर आते ने। तीसरा पक्ष, चार पांच पक्ष ने बाबा जी ने निंदिया बारे, खालसा सोए जो निंदा त्यागे, खालसा सोए जो निंदा त्यागे। वाह वाह वाहेगुरु, वाहेगुरु All right.
खालसा सोए जो निंदा त्यागे, खालसा सोए जो निंदा त्यागे, खालसा सोए जो निंदा त्यागे, निंदा त्यागे, निंदा त्यागे, तीजा पख अगर ए औगुण तेरे जीवन चो नहीं गया उत्तों भांडे चो जब जी सह भी पै रही है पंज बाणियां भी पै रही है सोमनी सह भी पै रही है पर कहिंदे छेक बंद कर लै बाबा नंद सिंह जी कहिंदे इहनूं इंज समझांदे सी कि किसे मजदूर ने सारा दिन मजदूरी कीती सारा दिन मजदूरी कीती ते शाम नूं उहनूं 100 रुपया दिहाड़ी मिली 8 घंटे बाटे चुके 8 घंटे गवां ते चढ़िया 8 घंटे कई चलाई 8 घंटे रेत सुटी बजरी सुटी 100 रुपया मिलिया ते महापुरश कहंदे सी जदों घर जा रहा है ते किसे ने खीसा कट लिया हुण जदों खीसा कट लिया 100 रुपया कट लिया किसे ने ते किन्ना मन नूं लग्या भई सारे 8 घंटे कई मारी गई बाटा चुकिया गया सब कोई कीता गया केंदे निंदा एहो जी ए कई कई घंटे तो चौंकड़ा मारे ते फिर किते 15-20 मिंट निंदिया कर लवे समझ लै तेरे 8 घंटे दे चौंकड़े दा खीसा कटिया गया बाणी दी पंक्तियां जरा सुनियो ध्यान नाल जे ओ 68 तीरथ नावे एक तीरथ नहीं मान दरबार साहब जाने दे टाइम ही लगता आप सतनाम 68 जे ओ 68 तीरथ नावे जे ओ दैदिस सिला पुजावे जे ओ दैदिस सिला पुजावे एक कोई सिल ले ओदा महात्मा में कहंदे ओदी को पूजा करे जे ओ कूप तटा दे वावे कूप कहंदे खूह नूं तटा कहंदे समुंदर नूं पिछले युगां विच इह वड्याई सी समुंदरां दे किनारियां ते खूहां ते दान पुन इस युग विच दे नाम नूं वड्याई कहंदे खूहां ते समुंदरां ते जाके किन्ना दान पुन करे जे ओ 68 तीरथ नावे जे ओ दैदिस सिला पुजावे जे ओ कूप तटा दे वावे करे नेंद सब बिरथा जावे करे नेंद सब बिरथा जावे खालसा सोए जो निंदा जो अज
ਕਿਤੇ ਕਿਰਪਾ ਹੋ ਜਾਏ। ਜਦੋਂ ਹੁਣ ਮੈਂ ਆ ਰਿਹਾ ਸਾਂ ਤੁਹਾਡੇ ਚਰਨਾਂ 'ਚ, ਕੁਦਰਤੀ ਦਾਸ ਦੀ ਬਿਰਤੀ ਚਲੀ ਗਈ। ਮੈਂ ਕਿਹਾ ਵੀ ਜਿਹੜਾ ਬੰਦਾ ਨਿੰਦਿਆ ਕਰਦਾ ਉਹਦਾ ਕਾਰਨ ਕੀ ਹੁੰਦਾ, ਕਿਉਂ ਕਰਦਾ? ਹਜੇ ਮੈਨੂੰ ਦੋ ਕਾਰਨ ਰਾਹ 'ਚ ਹੀ ਲੱਭੇ ਆ। ਨਿੰਦਿਆ ਹੁੰਦੀ ਕਿਉਂ, ਉਹਦਾ ਕਾਰਨ ਕੀ ਹੈ, ਕਿਉਂ ਸ਼ੁਰੂ ਹੋ ਜਾਂਦਾ ਕੰਮ? ਨਿੰਦਿਆ ਕਰਨ ਦਾ ਪਹਿਲਾ ਕਾਰਨ ਹੈ, ਕਈ ਵਾਰੀ ਸਾਨੂੰ ਕਿਸੇ ਦਾ ਅੱਗੇ ਵਧਣਾ ਬਰਦਾਸ਼ਤ ਨਹੀਂ ਹੁੰਦਾ। ਆਹ ਮੇਰੇ ਤੋਂ ਅੱਗੇ ਕਿਉਂ ਵਧ ਗਏ? ਹੱਕ ਸਤਨਾਮ। ਕਾਰੋਬਾਰ 'ਚ ਹੋਵੇ, ਕੀਰਤਨ ਲਾਈਨ 'ਚ ਹੋਵੇ, ਰਿਸ਼ਤੇਦਾਰੀ 'ਚ ਹੋਵੇ, ਦਰਾਣੀ ਜੇਠਾਣੀ 'ਚ ਹੋਵੇ, ਕਾਰੋਬਾਰ 'ਚ ਹੋਵੇ, ਮੇਨ ਕਈ ਵਾਰੀ ਇਹੀ ਕਾਰਨ ਆਏਗਾ ਇਹ ਅੱਗੇ ਕਿਉਂ ਨਿਕਲ ਗਿਆ, ਉਹ ਚੀਜ਼ ਫਿਰ ਨਿੰਦਿਆ ਕਰਨ ਦੀ। ਇਹ ਮੈਂ ਤਾਂ ਆਪ ਜੀ ਨੂੰ ਕਾਰਨ ਬੋਲ ਰਿਹਾ, ਸੁਚੇਤਰ ਰਹੇ। ਦਾਸ ਨੇ ਨੋਟ ਕੀਤਾ, ਵਾਹਿਗੁਰੂ ਤੁਹਾਡੇ ਸਾਰਿਆਂ 'ਤੇ ਮਿਹਰ ਰੱਖੇ, ਸਾਰੇ ਜਥਿਆਂ 'ਤੇ ਵੀ ਮਿਹਰ ਰੱਖੇ, ਲੇਕਿਨ ਜਿਹਨੂੰ ਆਦਤ ਪਈ ਹੋਵੇ ਨਿੰਦਿਆ ਦੀ, ਗੁੱਸਾ ਨਾ ਕਰਿਓ, ਉਹਨੂੰ ਨਿੰਦਿਆ ਕਰਨ ਵਾਸਤੇ ਮਟੀਰੀਅਲ ਵੀ ਚਾਹੀਦਾ, ਮਟੀਰੀਅਲ ਵੀ ਚਾਹੀਦਾ। ਮਟੀਰੀਅਲ ਕਿੱਥੋਂ ਲੱਭੇ? ਆਖੋ ਸਤਨਾਮ। ਇਤਨੇ ਲੱਭੇ, ਇਤਨੇ ਲੱਭੇਗਾ, ਇੱਧਰੋਂ ਉੱਧਰੋਂ ਪੜਤਾਲ ਕਰੇਗਾ ਕੀ? ਉਹ ਕੇਵਲ ਸਵਾਸ ਬਿਰਥਾ ਗਏ, ਉਹਦੇ ਕਿਤਨੇ ਗੁਣ ਡੁੱਲ ਗਏ, ਕਮਾਈ ਡੁੱਲ ਕੇ ਉੱਧਰ ਜਾਏਗੀ, ਉਹਦੇ ਕਿੰਨੇ ਔਗੜ ਉੱਧਰ ਆਣਗੇ? ਆਖੋ ਸਤਨਾਮ। ਨਿੰਦਿਆ ਦਾ ਬੜਾ ਵੱਡਾ ਕਾਰਨ ਇਹ ਹੈ ਵੀ ਉਹ ਅੱਗੇ ਕਿਉਂ ਨਿਕਲ ਗਿਆ, ਬਰਦਾਸ਼ਤ ਨਹੀਂ, ਉਹ ਚੀਜ਼ ਕਰਾਉਂਦੀ ਏ, ਸੁਚੇਤ ਰਹੋ। ਦੂਜਾ ਕਾਰਨ ਨਿੰਦਿਆ ਦਾ, ਦਾਸ ਨੇ ਨੋਟ ਕੀਤਾ ਕਿ ਬੰਦੇ ਦੇ ਮਾਇੰਡ 'ਚ ਇਹ ਆ ਜਾਂਦਾ ਕਿ ਮੇਰੇ 'ਚ ਇੰਨੀ ਤਾਕਤ ਆ ਗਈ ਹੈ ਵੀ ਮੈਂ ਚਾਹਵਾਂ ਉਹਨਾਂ ਦੋਵਾਂ ਦੀ ਗੱਲ ਇੱਧਰ ਉੱਧਰ ਕਰਕੇ ਲੜਾਈ ਕਰਾ ਸਕਦਾ। ਆਖੋ ਸਤਨਾਮ। ਕਰਾ ਦਿੰਦਾ, ਉਹਦੇ ਮਾਇੰਡ 'ਚ ਆ ਜਾਂਦਾ ਵੀ ਮੇਰੇ ਅੰਦਰ ਇੰਨਾ ਬਲ ਆ ਗਿਆ, ਇੰਨੀ ਸੁਚੇਤਤਾ ਆ ਗਈ ਹੈ ਵੀ ਮੈਂ ਫਲਾਣੇ ਨੂੰ ਉਹਦੇ ਬਾਰੇ ਇੰਜ ਕਿਹਾ, ਆਪਾਂ 'ਚੋਂ ਤਾਂ ਲੜਨਾ ਸ਼ੁਰੂ ਹੋ ਗਏ, ਘਰ ਵਿੱਚੋਂ ਮੈਂ ਰਿਹਾ, ਉਹ ਇਹ ਸਮਝਦਾ ਵੀ ਮੇਰੇ ਅੰਦਰ ਇੰਨਾ ਬਲ ਆ ਗਿਆ ਕਿ ਮੇਰੇ ਕੋਲ ਤਾਕਤ ਤੇ ਮੈਂ ਦੋ ਬੰਦਿਆਂ ਦੀ ਚਾਹਵਾਂ ਲੜਾਈ ਕਰਾ ਸਕਦਾ, ਲੇਕਿਨ ਇਹ ਨਹੀਂ ਪਤਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਥੋਂ ਤੱਕ ਕਹਿੰਦੇ ਨੇ, ਅਰੜਾਵੇ ਬਿਲਲਾਵੇ ਨਿੰਦਕ ਆਪਣਾ ਕੀਤਾ ਪਾਵੇ ਨਿੰਦਕ। ਗੱਜ ਕੇ ਆਖੋ ਸਤਨਾਮ। ਬਈ ਜੇ ਤੇਰੇ ਜੀਵਨ ਵਿੱਚੋਂ ਸਤਸੰਗ ਵਿੱਚ ਆ ਕੇ ਨਿੰਦਿਆ ਨਹੀਂ ਗਈ, ਪਤਾ ਨਹੀਂ ਤੇਰਾ ਇਹੋ ਜਿਹਾ ਕਰਮ ਨਾ ਬਣ ਜਾਵੇ, ਤੂੰ ਮੌਤ ਮੰਗੇਗਾ, ਅਰੜਾਵੇਂਗਾ, ਬਿਲਲਾਵੇਂਗਾ, ਮੌਤ ਵੀ ਨਹੀਂ ਨੇੜੇ ਆਏ। ਅਰੜਾਵੇ ਬਿਲਲਾਵੇ ਬਾਣੀ ਕਹਿ ਰਹੀ, ਨਿੰਦਕ ਆਪਣਾ ਕੀਤਾ ਪਾਵੇ। ਅੱਜ ਸਾਰੀ ਸੰਗਤ ਇਹ ਖਾਲਸੇ ਦੀ ਅੱਠਵੀਂ ਨਿਸ਼ਾਨੀ, ਕੋਸ਼ਿਸ਼ ਕਰੋ ਤੁਹਾਡੀ ਕਿਸੇ ਗੱਲ ਕਰਨ ਨਾਲ ਦੋ ਬੰਦਿਆਂ ਦੀ ਲੜਾਈ ਹੋ ਰਹੀ ਹੈ, ਨਾ ਆਓ ਉਹਦੇ ਵਿੱਚ। ਇਹ ਸਾਡੇ ਪਿਓ ਦੀਆਂ ਸਿੱਖਿਆ ਨੇ, ਮੈਨੂੰ ਵੀ ਕਈ ਵਾਰੀ ਇੰਝ ਕਰਨਾ ਪੈਂਦਾ, ਤੁਸੀਂ ਬੋਲਦੇ ਨੇ ਜੀ ਫਲਾਣੇ ਬਾਰੇ, ਮੈਂ ਫਿਰ ਕਹਿੰਦਾ, ਮੈਂ ਪਿਓ ਕਹਿੰਦਾ ਵੀ ਕਈ ਜਗ੍ਹਾ ਇਹੋ ਜਿਹੀਆਂ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ, ਕਈ ਜਗ੍ਹਾ ਫਿਰ ਚੁੱਪ ਚੰਗੀ। ਗੁਰੂ ਸਾਹਿਬ ਕਿਰਪਾ ਕਰਨ, ਬਹੁਤ ਵੱਡੀ ਗੱਲ ਤੋਂ ਡੱਟ ਕੇ ਸੁਚੇਤ ਰਹੋ, ਡੱਟ ਕੇ ਸੁਚੇਤ ਰਹੋ, ਡੱਟ ਕੇ ਸੁਚੇਤ ਕਿੱਥੋਂ ਰਹਿਣਾ? ਨਿੰਦਿਆ ਜੇ ਨਹੀਂ ਜਾਂਦੀ, ਨਹੀਂ ਜਾਂਦੀ, ਇੱਕ ਧਿਆਨ ਰੱਖਿਓ, ਕਿਸੇ ਮਹਾਂਪੁਰਸ਼ ਦੀ ਨਿੰਦਿਆ ਨਾ ਹੋ ਜਾਵੇ, ਕਿਸੇ ਸ਼ਹੀਦ ਸਿੰਘ ਦੀ ਨਿੰਦਿਆ ਨਾ ਹੋ ਜਾਵੇ,
ਕਿਸੇ ਭਗਤ ਦੀ ਸੰਤ ਮਹਾਤਮਾ ਦੀ ਨਿੰਦਿਆ ਨਾ ਹੋ ਜੇ, ਉਹ ਕਿਤੇ ਬਖਸ਼ੀ ਨਹੀਂ ਜਾਂਦੀ। ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿੰਨ ਟਿਕਣ ਨਾ ਪਾਈ। ਆਖੋ ਸਤਨਾਮ। ਇਹਦੇ ਤੋਂ ਤਾਂ ਡਟ ਕੇ ਸੁਚੇ। ਉਸ ਤੋਂ ਬਾਅਦ ਆ ਗਈ ਆ ਦੁਨੀਆ, ਆ ਸੰਸਾਰ, ਤੇਰੀ ਵਜ੍ਹਾ ਕਰਕੇ ਕਿਸੇ ਦੋਵਾਂ ਦਾ ਝਗੜਾ ਨਾ ਹੋਵੇ। ਤੂੰ ਇਹਦੇ ਤੋਂ ਕੋਹਾਂ ਦੂਰ ਰਵੇ, ਕਿਉਂ ਤੇਰੇ ਕਲਗੀਆਂ ਵਾਲੇ ਨੂੰ, ਤੇਰੇ ਪਿਤਾ ਨੂੰ ਤੇਰੇ ਤੇ ਤਰਸ ਆਉਂਦਾ ਹੈ। ਮੇਰੇ ਸਿੱਖ ਦਾ ਭਾਂਡਾ ਭਰਿਆ ਤੇ ਇੰਨਾ ਕੁ ਭਰ ਜਾਵੇ, ਇੰਨਾ ਕੁ ਭਰ ਜਾਵੇ ਕਿ ਇਹ ਦੂਜਿਆਂ ਨੂੰ ਵੰਡਣ ਵਾਲਾ ਬਣ ਜਾਵੇ, ਮੇਰੇ ਸਿੱਖ ਦਾ ਭਾਂਡਾ ਥੱਲੋਂ ਡੋਲਣਾ ਬੰਦ ਹੋ ਜਾਵੇ। ਆਖੋ ਸਤਨਾਮ। ਖਾਲਸਾ ਸੋਏ ਜੋ ਨਿੰਦਾ ਤੇ। ਬਾਕੀ ਜਿਹੜੇ ਮਹਾਂਪੁਰਸ਼ ਨੇ ਉਹਨਾਂ ਨੂੰ ਫਰਕ ਨਹੀਂ। ਬਾਬਾ ਆਨੰਦ ਸਿੰਘ ਜੀ ਬੈਠੇ ਸੀ ਤੇ ਭਾਈ ਡਰੋਲੀ ਜੀ ਨੇ ਆ ਕੇ ਕਿਹਾ ਸੀ, ਬਾਬਾ ਜੀ ਫਲਾਣਾ ਬੰਦਾ ਤੁਹਾਡੇ ਬਾਰੇ ਨਿੰਦਿਆ ਕਰਦਾ। ਮਹਾਂਪੁਰਸ਼ ਆਪਣੇ ਮਨ ਨੂੰ ਕਿੱਡਾ ਨਿਰਮਲ ਰੱਖਦੇ, ਕਹਿੰਦੇ ਡਰੋਲੀ ਉਹਦੀ ਮੁਕਤੀ ਪਹਿਲੇ ਤੇਰੀ ਬਾਤ ਵਿੱਚ। ਉਹ ਅਸਰ ਨਹੀਂ ਲਿਆ। ਸ਼ਿਮਲੇ ਗਏ ਸੀ ਭਾਈ ਵੀਰ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਬਾਰੇ ਉੱਥੇ ਇਕਾਂਤ ਵਿੱਚ ਕੁਝ ਲਿਖਣਾ ਸੀ। ਦੋ ਤਿੰਨ ਸਰੀਰ ਨਾਲ ਸੀ, ਇੱਕ ਸਰੀਰ ਇਹੋ ਜਿਹਾ ਆ ਗਿਆ ਜਿਹੜਾ ਸਤਸੰਗ ਭਾਈ ਸਾਹਿਬ ਬਾਰੇ ਕੁਝ ਸ਼ਬਦ ਬੋਲਦਾ। ਜਿਹੜੇ ਬੜੇ ਪ੍ਰੇਮੀ ਉਹਨਾਂ ਆਖਿਆ, ਭਾਈ ਸਾਹਿਬ ਇਹਨੂੰ ਫਰੀ ਕਰੋ ਕੱਲ, ਇਹ ਥੋੜੇ ਅਪ ਸ਼ਬਦ। ਭਾਈ ਵੀਰ ਸਿੰਘ ਕਹਿੰਦੇ ਇਹਨੂੰ ਮੈਂ ਫਰੀ ਨਹੀਂ ਕਰਨਾ, ਇਹ ਤੇ ਮੇਰਾ ਮਨ ਸ਼ੁੱਧ ਕਰਦਾ। ਆਖੋ ਸਤਨਾਮ। ਇਹ ਮੇਰੇ ਕੱਪੜੇ ਧੋਂਦਾ ਹੈਗਾ ਜੀ। ਆਖੋ ਸਤਨਾਮ। ਮਹਾਂਪੁਰਸ਼ ਮਨ ਤੇ ਨਹੀਂ ਆਣਦੇ, ਅਸੀਂ ਸੁਚੇਤ ਰਹਿਣਾ। ਸੰਤ ਸਰਣ ਜੋ ਜਨ ਪਰੇ ਸੋ ਜਨ ਉਦਰਣ, ਸੰਤ ਕੀ ਨਿੰਦਾ ਬਹੁਰ ਬਹੁਰ। ਇੱਥੇ ਅਵਤਾਰ ਦਾ ਅਰਥ ਅਵਤਾਰ ਨਹੀਂ, ਇੱਥੇ ਅਵਤਾਰ ਦਾ ਅਰਥ ਹੈ ਜਨਮ ਮਰਨ। ਉਹ ਜਨਮਾਂ ਮਰਨਾ ਵਿੱਚ ਪਿਆ ਰਹਿੰਦਾ ਹੈ। ਆਖੋ ਸਤਨਾਮ। ਸਮਾਪਤੀ ਕਰਨ ਲੱਗੇ ਹਾਂ। ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਆ ਕੇ ਖਾਲਸਾ ਬਣਾਇਆ ਤੇ ਅੱਠਵੀਂ ਨਿਸ਼ਾਨੀ ਨਿੰਦਾ ਨੂੰ ਤਿਆਗੇ, ਸਾਰੀ ਸੰਗਤ ਅੱਜ ਅਰਦਾਸ ਕਰੋ, ਸਤਿਗੁਰੂ ਜੇ ਮੇਰੇ ਜੀਵਨ 'ਚ ਹੈਗੀ ਹੈ ਤੇ ਕਿਵੇਂ ਨਿਕਲ ਸਕਦੀ ਹੈ, ਕਿਵੇਂ ਨਿਕਲ ਸਕਦੀ ਹੈ। ਤੇ ਗੁਰੂ ਸਾਹਿਬ ਕੀ ਕਹਿੰਦੇ ਨੇ ਜੀ, ਨਿੰਦਕ ਗੁਰ ਕਿਰਪਾ ਤੇ ਹਟਿਓ, ਨਿੰਦਕ ਗੁਰ ਕਿਰਪਾ ਤੇ ਹਟਿਓ, ਨਿੰਦਕ ਗੁਰ ਕਿਰਪਾ ਤੇ ਹਟਿਓ। ਜਿਹਦੀ ਨਹੀਂ ਜਾਂਦੀ ਦੋ ਪਾੜ ਜਪਜੀ ਸਾਹਿਬ ਵਧਾ ਦਿਓ ਤੇ ਗੁਰੂ ਅੱਗੇ ਅਰਦਾਸ ਕਰੋ। ਬਾਣੀ ਕਹਿੰਦੀ ਕਿਤੇ ਗੁਰੂ ਮੇਰ ਕਰਦੇ ਤੇ ਹਟ ਜਾਏਗੀ। ਨਿੰਦਕ ਗੁਰ ਕਿਰਪਾ ਤੇ ਹਟਿਓ, ਪਾਰ ਬ੍ਰਹਮ ਪ੍ਰਭ ਭਏ ਤੇ ਅੱਲਾ ਸਿਵ ਕੇ ਬਾਣ ਸਿਰ ਕਾਟਿਓ, ਸਿਵ ਕੇ ਬਾਣ ਸਿਰ ਕਾਟਿਓ, ਨਿੰਦਕ ਗੁਰ ਕਿਰਪਾ ਤੇ ਹਟਿਓ। ਹਾਂਜੀ ਨਿੰਦਕ ਗੁਰ ਕਿਰਪਾ ਤੇ ਹਟਿਓ। ਖਾਲਸਾ ਮੇਰੋ ਰੂਪ ਹੈ ਖਾਲਸਾ, ਮੇਰੋ ਰੂਪ ਹੈ ਖਾਲਸਾ, ਮੇਰੋ ਰੂਪ ਹੈ ਖਾਲਸਾ।
ਸਿੰਘਾਂ ਜੀ ਭਲਾਈ ਕੇਂਦਰ ਟਰੱਸਟ ਅਤੇ ਭਾਈ ਗੁਰਿਕਪਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ ਇਸ ਵਿੱਚ ਅਧਿਆਤਮਿਕ ਵਿਚਾਰ ਪੰਜ ਖੰਡ ਕੀ ਹਨ ਨਿਮਰਤਾ ਨਿਰਵੈਰਤਾ ਦਇਆ ਧੀਰਜ ਘੱਟ ਬੋਲਣਾ ਘੱਟ ਖਾਣਾ ਘੱਟ ਸੌਣਾ ਜੀਵਨ ਚ ਕੈਸਾ ਹੋਵੇ ਇਸ ਤੋਂ ਇਲਾਵਾ ਸਵਾਲਨਾਮਾ ਜ਼ਿੰਦਗੀ ਦੀਆਂ ਬਾਰੀਕੀਆਂ ਹੱਡ ਬੀਤੀਆਂ ਬਾਲ ਸਿੱਖਿਆ ਨਿੱਕੀਆਂ ਗੱਲਾਂ ਵੱਡੇ ਅਸਰ ਅਨਮੋਲ ਵਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98765 2850